ਨਾਲ ਮੈਂ ਤੁਹਾਡੇ ਕੁਲਵੰਤ ਗੁਰਕਾ ਜੀ ਅਸੀਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਤੇ ਹੁਣ ਵੀ ਅਸੀਂ ਤਨਮਨ ਤਨ ਨਾਲ ਨਾਲ ਚੱਲ ਰਹੇ ਆ ਤੇ ਪਿੰਡਾਂ ਦੇ ਵਿੱਚ ਬੜਾ ਵਧੀਆ ਗਾਰਾ ਮੇੜਿਆ ਨਿਰੰਦਰ ਸੰਵਣਾ ਜੀ ਨੂੰ ਆਮ ਆਦਮੀ ਪਾਰਟੀ ਨਾਲ ਬਹੁਤ ਲੋਕ ਜੋੜ ਰਹੇ ਨੇ ਜਿਨ੍ਹਾਂ ਦੀ ਸਾਨੂੰ ਉਮੀਦ ਹੀ ਨਹੀਂ ਸੀ ਅੱਜ ਵੇਖਿਆ ਜਦੋਂ ਅਸੀਂ ਮੁਣਸ਼ੀ ਰਾਮ ਦੀ ਟਾਣੀ ਤੋਂ ਸ਼ੁਰੂ ਹੋਏ ਆ ਜਿਹੜੇ ਬੰਦੇ ਕਾਲੀਆਂ ਵਿੱਚ ਸੀ ਕਾਂਗਰਸੀ ੜੋ-ਦਾੜਾ ਆ ਕੇ ਤੇ ਜੁਆਇਨ ਪਾਰਟੀਆਂ ਕਰ ਰਹੇ ਨੇ ਤੇ ਆਪਣਾ ਜਿਹੜਾ ਹੈਗਾ ਬਹੁਤ ਸਨਯੋਗ ਦੇ ਰਹੇ ਨੇ ਕਿ ਕਿਦੇ ਲੱਡੂਆਂ ਨਾਲ ਤੋਲਿਆ ਜਾ ਰਿਹਾ ਹੈ ਕਿਦੇ ਸਿਆਹ ਨਾਲ ਤੋਲਿਆ ਜਾ ਰਿਹਾ ਹੈ ਕਿਦੇ ਕੇਲਿਆਂ ਨਾਲ ਤੋਲਿਆ ਜਾ ਰਿਹਾ ਹੈ ਤੇ ਇਸ ਤਰ੍ਹਾਂ ਬੜਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਵੱਡਾ ਪਿੰਡ ਲਾਧੂ ਕਾ ਉਹ ਰਹਿੰਦੇ ਪਹਿਲੇ ਵੀ ਤੋ ਤਿੰਨ ਚੱਕਰ ਦੇ ਵਿੱਚ ਜੁਆਇਨ ਕਰ ਗਏ ਸਾਰੇ ਉਸ ਤੋਂ ਬਾਅਦ ਕੋਈ ਰਹਿੰਦੇ ਸੀ ਭਾਜਪਾ ਅਕਾਲੀ ਦੇ ਸਮਰਥਕ ਅੱਜ ਉਹ ਸਾਰੇ ਕਾਂਗਰਸ ਦੇ ਅੱਜ ਉਹ ਸਾਰੇ ਦੇ ਸਾਰੇ ਹੀ ਕਰ ਗਏ ਮੈਨੂੰ ਤਾਂ ਇਹ ਲੱਗਦਾ ਹੈ ਕਿ ਪਿੰਡਾਂ ਦੇ ਵਿੱਚ ਜਿਵੇਂ ਹੜ ਆਇਆ ਹੁੰਦਾ ਹੈ ਲੋਕ ਇਸ ਤਰ੍ਹਾਂ ਮੰਡੀ ਲਾਦੂ ਕਾ ਦਾ ਕਮਾਲ ਹੀ ਹੋਊਗੀ ਕੋਈ ਮਤਲਬ ਇਹ ਕਿ ਉਹਨਾਂ ਦਾ ਝੰਡਾ ਚੱਕਣ ਵਾਲਾ ਬੂਹ ਤੇ ਬਹਿਣ ਵਾਲਾ ਬੰਦਾ ਨਹੀਂ ਰਿਹਾ ਤਿੰਨਾਂ ਪਾਰਟੀਆਂ ਦੀ ਤੇ ਮੈਂ ਤੁਹਾਨੂੰ ਯਕੀਨ ਦਲ ਕਹਿਣਾ ਚਾਹਨਾ ਦੂਟੀਆਂ ਪਾਰਟੀਆਂ ਬਾਰੇ ਕੀ ਕਹਿਣਾ ਚਾਹੋਗੇ ਉਹਨਾਂ ਨੇ ਵੀ ਕਾਫੀ ਵਾਅਦੇ ਕਰਾਨੇ ਆਪਣੇ ਮੈਨੀਫੈਸਟੋ ਚ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਪਹਿਲੇ ਅਸੀਂ ਇਹਨਾਂ ਕੈਂਡੀਡੇਟਾਂ ਦੀ ਗੱਲ ਕਰੀਏ ਤਾਂ ਹੰਸਰਾਜ ਜੋਸਣ ਉਦੋਂ ਕਾਂਗਰਸ ਸੀਗੇ ਤੇ ਦੋ ਵਾਰੀ ਲੋਕਾਂ ਨੇ ਇੱਥੇ ਏਸੀ 84 ਇਹ ਫਾਜ਼ਿਲਕਾ ਜਲਾਲਾਬਾਦ ਦੇ ਨਾਲ ਸੀ ਤਾਂ ਹੁਣੇ ਫਾਜ਼ਿਲਕਾ ਦੇ ਵਿੱਚ ਪਿੰਡ ਆਏ ਨਹੀਂ ਤਾਂ ਹੁਣ ਵੀ ਕੋਈ ਐਸੀ ਗੱਲ ਨਹੀਂ ਤਾਂ ਬਹੁਤੇ ਪਿੰਡ ਜਿਹੜੇ ਅੱਗੇ ਜਲਾਲਾਬਾਦ ਦੇ ਵਿੱਚ ਸੀ ਜੋਸਨ ਨੂੰ ਦੋ ਵਾਰੀ ਅਸੀਂ ਜਿਤਾਇਆ ਆ ਤੇ ਦੋ ਵਾਰੀ ਇਸੇ ਤਰ੍ਹਾਂ ਹੀ ਇਹਨਾਂ ਨਾਰੇ ਤੇ ਲਾਰੇ ਲਾਏ ਨੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਸਰਜੀਤ ਕੁਮਾਰ ਜਾਨੀ ਉਹ ਭਾਜਪੀ ਵੱਲੋਂ ਜਿੱਦਾਂ ਰਿਹਾ ਫਾਜ਼ਲ ਕਾ ਤੁ ਉਹ ਵੀ ਦੋ ਵਾਰੀ ਮੰਤਰੀ ਬਣਿਆ ਜੰਗਲਾਤ ਮੰਤਰੀ ਬਣਿਆ ਹੈਲਥ ਮਨਿਸਟਰ ਬਣਿਆ ਤਾਂ ਇਹਨਾਂ ਨੇ ਕੋਈ ਲੋਕਾਂ ਦਾ ਫਾਇਦਾ ਨਹੀਂ ਕੀਤਾ ਜੇ ਇਹਨਾਂ ਦੇ ਪਿਓ ਪੁੱਤਰਾਂ ਦੀ ਗੱਲ ਕਰੀਏ ਸ਼ੇਰਾ ਐਂਡ ਕੰਪਨੀ ਅਸੀਂ ਇਹ ਗੱਲ ਕਵਾਂਗੇ ਜਿਹੜੇ ਸ਼ੇਰਾ ਐਂਡ ਕੰਪਨੀ ਐ ਦਰਿੰਦਰ ਕਬਾਇਆ ਸਾਹਿਬ ਇਹਨਾਂ ਨੇ ਤਾਂ ਕਮਾਲ ਹੀ ਕਰਦੀ ਘਰਾਂ ਦੇ ਵਿੱਚ ਫੁੱਟਪਾਥੀ ਸੱਸ ਤੇ ਨੋਹ ਨੂੰ ਲੜਾਤਾ ਭਰਾਵਾਂ ਭਰਾਵਾਂ ਨੂੰ ਲੜਾਤਾ ਤੇ ਪਤਾ ਨਹੀਂ ਖਰੇ ਕਿੰਨੇ ਹੀ ਇਹਨਾਂ ਨੇ ਜ਼ੁਲਮ ਕੀਤੇ ਤੇ ਰੇਤੇ ਦੀ ਹਲਕ ਮਟਾਤੀ ਜਿਹੜੇ ਗੁੰਡੇ ਪਾਲੇ ਇਹਨਾਂ ਨੇ ਤੇ ਜਿਨਨੇ 10 ਸਾਲ ਇਹ ਪੂਰੇ ਸਰਕਾਰ ਚ ਅਕਾਲੀਆਂ ਦੇ ਵਿੱਚ ਰਹੇ ਫਿਰ 5 ਸਾਲ ਹੁਣ ਕਾਂਗਰਸ ਦੇ ਵਿੱਚ ਰਹੇ ਇਹਨਾਂ ਨੇ ਪੂਰੀ ਲੁੱਟ ਮਚਾਈ ਗੁੰਡਿਆਂ ਨੂੰ ਪਾਲਿਆ ਤੇ ਲੋਕਾਂ ਦਾ ਕਾਹਨ ਕੀਤਾ ਨਜਾਇਜ਼ ਲੋਕਾਂ ਤੇ ਪਰਚੇ ਕਰਾਏ ਨੇ ਉਹ ਜਿਹੜੇ ਲੋਕ ਛੱਡ ਛੱਡ ਕੇ ਆਪ ਧਨਾਪੀ ਲੋਕ ਜਿਹੜੇ ਤੁਰੇ ਹੋਏ ਨੇ ਕੋਈ ਕਿਸੇ ਦਾ ਕਿਸੇ ਨੇ ਗੱਡੀ ਨਹੀਂ ਸੰਵਲੇ ਕੋਲੋਂ ਮੰਗੀ ਨਰੇਂਦਰ ਸਾਹਮਣੇ ਕੋਲੋਂ ਕੋਈ ਕਿਸੇ ਨੇ ਖਰਚਾ ਨਹੀਂ ਮੰਗਿਆ ਆਪਣੇ ਆਪ ਹੀ ਲੋਕ ਐ ਹਨੇਰ ਵਾਂਗੂ ਜਿਵੇਂ ਹਨੇਰ ਖੁੱਲ ਪੈਂਦਾ ਐ ਇਸ ਤਰ੍ਹਾਂ ਤਰੇ ਹੋਏ ਨੇ ਤੇ ਬਹੁਤ ਚਾਹ ਲੋਕਾਂ ਚ ਠੀਕ ਹੈ ਫਾਜ਼ਲ ਕਾ ਡਿਸਟ੍ਰਿਕਟ ਦੀ ਗੱਲ ਕਰੀਏ ਤਾਂ ਇਹਦੇ ਚ ਚੋਰੀਆਂ ਕਾਫੀ ਵੱਧ ਗਈਆਂ ਨੇ ਇਹ ਸੋਣੇ ਚੋਰੀਆਂ ਇਹ ਜੀ ਜਿਹੜੀ ਪੁਲਿਸ ਦੀ ਮਿਲੀ ਭੁਗਤਾ ਚੋਰਾਂ ਦਾ ਸਭ ਪੁਲਿਸ ਨੂੰ ਪਤਾ ਆ ਸ਼ਾਮ ਨੂੰ ਇਕੱਠੇ ਖਾਂਦੇ ਪੀਂਦੇ ਹੋਟਲਾਂ ਦੇ ਵਿੱਚ ਉਹਨਾਂ ਨੂੰ ਹਿੱਸੇ ਪੱਤੀ ਚਲੇ ਜਾਂਦੇ ਆ ਇਹਨਾਂ ਨੂੰ ਸਾਰਾ ਪਤਾ ਹੁੰਦਾ ਹੈ ਸਵੇਰੇ ਪਕੜਦੇ ਨੇ ਚੋਰ ਨੂੰ ਸ਼ਾਮ ਨੂੰ ਛੱਡ ਦਿੰਦੇ ਨੇ ਇਹਦੇ ਵਿੱਚ ਪੁਲਿਸ ਨੂੰ ਆਲੋ ਹੈਗੀ ਏ ਜੇ ਪੂਰੀ ਸ਼ਕਤੀ ਪੁਲਿਸ ਕਰੇ ਤਾਂ ਕੋਈ ਇਹੋ ਜੀ ਗੱਲ ਨਹੀਂ ਕਿ ਚੋਰ ਨਾ ਫੜਿਆ ਜਾਵੇ ਜਦੋਂ ਚੋਰ ਫੜਿਆ ਜਾਂਦਾ ਲੈ ਦੇ ਕਰਕੇ ਉਹਨੂੰ ਛੱਡਤਾ ਜਾਂਦਾ ਤੇ ਉਹਨਾਂ ਚੋਰਾਂ ਦੇ ਜਿਹੜੇ ਹੌਸਲੇ ਬਲੰਦ ਹੋ ਜਾਂਦੇ ਨੇ ਗੱਲ ਕਰੀ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੰਜਾਬ 'ਚ ਕਿਸ ਤਰ੍ਹਾਂ ਦੇ ਕੰਮ ਕੀਤੇ ਜਾਣਗੇ ਆਮ ਆਦਮੀ ਪਾਰਟੀ ਦੀ ਜਦੋਂ ਸਰਕਾਰ ਆਏਗੀ ਸਾਨੂੰ ਇਹਨਾਂ ਪਤਾ ਹੈ ਕਿ ਮੈਂ ਸਵਰਾਜ ਪੜਿਆ ਉਹਦੇ ਵਿੱਚ ਲੋਕਾਂ ਦੇ ਫੈਸਲੇ ਹੋਣਗੇ ਉਹਦੇ ਵਿੱਚ ਕੋਈ ਵਿਤਕਰਾ ਨਹੀਂ ਹੋਵੇਗਾ ਪਿੰਡਾਂ ਦੇ ਵਿੱਚ ਕਮੇਟੀਆਂ ਬਣਾਈਆਂ ਜਾਣਗੀਆਂ ਉਹੀ ਫੈਸਲਾ ਕਰਨ ਗਿਆ ਇਸੇ ਤਰ੍ਹਾਂ ਜਿਹੜੀਆਂ ਬਲਾਕ ਦੀ ਜਿਹੜੀ ਬਲਾਕ ਸੰਮਤੀ ਬਣੇਗੀ ਉਹ ਫੈਸਲੇ ਕਰੇਗੀ ਜ਼ਿਲ੍ਹੇ ਚ ਜ਼ਿਲ੍ਹਾ ਪ੍ਰਸ਼ਦ ਦੀ ਸੰਮਤੀ ਬਣੇਗੀ ਉਹਨਾਂ ਸਾਰਿਆਂ ਲੋਕਾਂ ਨੂੰ ਕੰਮ ਲਾਇਆ ਜਾਏਗਾ ਇਹ ਜਿਹੜੀਆਂ ਰਵਾਇਤੀ ਸਰਕਾਰਾਂ ਬਣਦੀਆਂ ਰਹੀਆਂ ਨੇ ਇਹਨਾਂ ਨੇ ਕੁਛ ਨਹੀਂ ਨਾ ਕੋਈ ਪਾਵਰਾਂ ਦਿੱਤੀਆਂ ਜ਼ਿਲ੍ਹਾ ਪ੍ਰਸ਼ਦ ਨੂੰ ਸਰਪੰਚਾਂ ਨੂੰ ਹੀ ਨਹੀਂ ਦਿੱਤੀਆਂ ਨਾ ਜ਼ਿਲ੍ਹਾ ਪ੍ਰਸ਼ਦ ਨਾਲ ਜ਼ਿਲ੍ਹਾ ਬਲਾਕ ਸੰਮਤੀਆਂ ਨੂੰ ਕਿਸੇ ਨੂੰ ਵੀ ਕੋਈ ਉਹਨਾਂ ਨੇ ਨਹੀਂ ਦਿੱਤੀਆਂ ਉਹ ਸਾਰੇ ਜਿਹੜੇ ਮੰਤਰੀ ਜਾਂ ਐਮਐਲਏ ਉਹਨਾਂ ਸਾਰੀਆਂ ਪਾਵਰਾਂ ਆਪਦੇ ਕੋਲ ਰੱਖੀਆਂ ਨੇ ਇਸ ਕਰਕੇ ਲੋਕਾਂ ਨੂੰ ਬੜੀ ਨਰਾਸ਼ਤਾ ਹੈ ਕੀ ਲੱਗਦਾ ਹੈ ਕਿ ਜ਼ਿਲ੍ਹਾ ਫਾਜ਼ਲਕਾ ਤੋਂ ਹਾਂ ਫਾਜ਼ਲਕਾ ਹਲਕੇ ਤੋਂ ਸਵਨਾ ਜੀ ਕਿੰਨੀ ਕੋਟ ਨਾਲ ਸਿਤ ਪ੍ਰਾਪਤ ਕਰ ਹਾਂ ਪਹਿਲੇ ਮੈਂ ਦੱਸ ਦਿਆਂ ਕਿ ਜਿਹੜਾ ਸਵਨਾ ਜੀ ਦਾ ਕੰਮ ਕੀ ਹੋਵੇਗਾ ਵਿਧਾਨ ਸਭਾ ਚ ਜਾ ਕੇ ਉੱਥੇ ਆਪਣਾ ਕਾਨੂੰਨ ਪਾਸ ਕਰਾਉਣਗੇ ਔਰ ਉਹਨਾਂ ਦਾ ਕੰਮ ਹੋਵੇਗਾ ਲੋਕਾਂ ਦੀਆਂ ਮੰਗਾਂ ਉੱਥੇ ਲੈ ਕੇ ਜਾਣੀਆਂ ਉੱਥੇ ਆਪਣੀ ਆਵਾਜ਼ ਬੁਲੰਦ ਕਰਨੀ ਉਹਨਾਂ ਦਾ ਕੰਮ ਨਹੀਂ ਹੋਵੇਗਾ ਇੱਥੇ ਹਰ ਲੜਰ ਕਰਦੇ ਫਿਰਨ ਗਲੀਆਂ 'ਚ ਆਪਣੇ ਦੁੱਖ ਸੁੱਖ ਲਈ ਤਾਂ ਸਮਣਾ ਜੀ ਇੱਥੇ ਆਵਣ ਲੋਕਾਂ ਦੇ ਵਿੱਚ ਵਿਚਰਨਗੇ ਔਰ ਲੋਕਾਂ ਦੇ ਫੈਸਲੇ ਇਹ ਕਰਨਗੇ ਪਾਰਟੀ ਦਾ ਮਿਸ਼ਨ ਇਹ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਐਮਐਲਏ ਦੀ ਟਿਕਟ ਹਲਕਾ ਫਾਜ਼ਲ ਕਰੋ ਕਿੰਨੀ ਵੋਟ ਤੱਕ ਜਿੱਤੋ ਜਿੱਤਾਂ ਦੇ ਚਾਂਦਲੇ ਅਸੀਂ ਕਹਿ ਰਹੇ ਹਾਂ ਜੀ ਸਾਡਾ ਜਿਹੜਾ ਆਮ ਆਦਮੀ ਪਾਰਟੀ ਦਾ ਇਹਨਾਂ ਪਾਰਟੀਆਂ ਦਾ ਕੋਈ ਮੁਕਾਬਲਾ ਨਹੀਂ ਇਹਨਾਂ ਨੇ ਜਿੰਨੇ ਜੁਲਮ ਤੇ ਜਾਤੀਆਂ ਕੀਤੀਆਂ ਨੇ ਇਹ ਬੜੇ ਪਛੜ ਚੁੱਕੇ ਨੇ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕਿਆ ਐਡਾ ਵੱਡਾ ਹਨੇਰ ਹੀ ਗੁੱਲ ਪਿਆ ਲੋਕ ਤੜੋਂ ਤੜ ਜਿੱਥੋਂ ਜਿੱਥੋਂ ਦੇ ਵੀ ਤਬਕੇ ਦੇ ਆ ਰਹੇ ਨੇ ਕੋਈ ਕਿਸੇ ਨੇ ਧਰਮ ਨਹੀਂ ਵੇਖਿਆ ਜਾਤ ਬਰਾਦਰੀ ਨਹੀਂ ਵੇਖੀ ਇੱਕੋ ਅਰਵਿੰਦ ਕੇਂਦਰੀਵਾਲ ਨੂੰ ਭਗਵੰਤ ਮਾਨ ਨੂੰ ਔਰ ਨਰਿੰਦਰ ਸਮਣਾ ਜੀ ਇੱਕ ਬਹੁਤ ਵਧੀਆ ਪੜੇ ਲਿਖੇ ਨੌਜਵਾਨ ਨੇ ਔਰ ਯੁਵਾ ਨੇ ਨਵੇਂ ਨੇ ਨਵੀਂ ਪਾਰਟੀਏ ਤੇ ਸਾਨੂੰ ਬੜੀ ਪੂਰੀ ਉਮੀਦ ਹੈ ਆਸ ਹੈ ਕਿ ਲੋਕਾਂ ਦੇ ਵਿੱਚ ਜਿਵੇਂ ਵਾਅਦੇ ਕਰ ਰਹੇ ਨੇ ਉਸੇ ਤਰ੍ਹਾਂ ਵਿਚਰਨਗੇ ਜਿਸ ਤਰ੍ਹਾਂ ਪਾਰਟੀ ਦਾ ਮਿਸ਼ਨ ਹੈ ਉਸ ਢੰਗ ਨਾਲ ਇਹ ਵਿਚਰ ਕੇ ਤੇ ਲੋਕਾਂ ਦੇ ਬਹੁਤ ਸੁਧਾਰ ਹੋਣਗੇ ਅਸੀਂ ਇੱਕ ਵਾਰੀ ਆਮ ਆਦਮੀ ਪਾਰਟੀ ਦਾ ਮੌਕਾ ਮੰਗ ਰਹੇ ਹਾਂ ਦੁਬਾਰਾ ਅਸੀਂ ਮੌਕਾ ਨਹੀਂ ਮੰਗਾਗੇ ਅਸੀਂ ਇਹ ਹੀ ਗੱਲ ਕਵਾਂਗੇ ਜੇ ਅਸੀਂ ਕੰਮ ਕੀਤੇ ਨੇ ਤਾਂ ਓਟ ਪਾਉਣੀ ਤਾਂ ਨਹੀਂ ਪਹਿਲੀ ਗੱਲ ਅਸੀਂ ਓਟ ਮੰਗਣ ਹੀ ਨਹੀਂ ਆਵਾਂਗੇ ਲੋਕ ਆਪਣੇ ਆਪ ਓਟ ਪਾਣਗੇ ਤੇ ਮੈਂ ਦਾਅਵੇ ਨਾਲ ਕਹਿੰਦਾ ਇਹ ਪਾਰਟੀਆਂ ਵੀ ਓਟ ਨਹੀਂ ਮੰਗਣ ਆਣਗੀਆਂ ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਸਾਡਾ ਇੱਥੇ ਕੁਝ ਨਹੀਂ ਬਚੀਣਾ ਇੱਕ ਪਾਸੜੀ ਫੈਸਲਾ ਜਿਵੇਂ ਹੋ ਰਿਹਾ ਇਹ ਇੱਕ ਪਾਸੇ ਫੈਸਲਾ ਹੋਇਆ ਇਹ ਲੋਕਾਂ ਦੇ ਬਲੇਖੇ ਕੱਢ ਦੇਵਣ ਕਿ ਕੋਈ ਜੈਨੀ ਨੂੰ ਓਟਾ ਪਾ ਰਿਹਾ ਹੈ ਜਾਂ ਇਹਨਾਂ ਨੂੰ ਪਾ ਰਿਹਾ ਆਪਣੇ ਜੋਸਣ ਨੂੰ ਪਾ ਰਿਹਾ ਜਾਂ ਪਿਓ ਪੁੱਤਰਾਂ ਦੀ ਜੋੜੀ ਨੂੰ ਪਾ ਰਿਹਾ ਇਹਨਾਂ ਨੂੰ ਲੋਕ ਪਛਾੜ ਰਹੇ ਨੇ ਇਹਨਾਂ ਨੇ ਜ਼ੁਲਮ ਜ਼ਾਤੀਆਂ ਕੀਤੀਆਂ ਨੇ ਔਰ ਇਹਨਾਂ ਨੇ ਜਿੰਨੇ ਵੀ ਮਤਲਬ ਇਹ ਲੋਕਾਂ ਦੇ ਵੱਧ ਪਰਚੇ ਕਰਾਏ ਨੇ ਲੋਕਾਂ ਦੇ ਵਿੱਚ ਫੁੱਟਾਂ ਪਾਈਆਂ ਨੇ ਤੇ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਨੇ ਸਿਸਟਮ ਲਾਇਆ ਇਹਨਾਂ ਦਾ ਸਿਸਟਮ ਮਾੜਾ ਸਾਰਾ ਚੱਲਿਆ ਇਹਨਾਂ ਦੀ ਨੀਤੀਆਂ ਵੀ ਗੰਦੀਆਂ ਤੇ ਨੀਤੀ ਵੀ ਗੰਦੀ ਇਸ ਵਾਸਤੇ ਆਮ ਆਦਮੀ ਪਾਰਟੀ ਨੂੰ ਸਮੂੱਚੇ ਲੋਕ ਆਮ ਲੋਕ ਆਵਾਮ ਲੋਕ ਚਾਹ ਰਹੇ ਨੇ ਆਪਣੇ ਆਪ ਜਿਹੜੇ ਯੁਵਾ ਤੁਰਿਆ ਹੋਇਆ ਹੈ ਹੋਰ ਪਾਰਟੀਆਂ ਨੇ ਛੱਡ ਛੱਡ ਕੇ ਆਪਣੇ ਆਪ ਆ ਰਹੇ ਨੇ ਧੰਨਵਾਦ ਜੀ ਮੈਂ ਹੰਸ ਮੁਖ ਨਾਰਾਗਰ ਫਕਾਲੀ ਰਾਵਨ ਵਸਨੀਕ ਫਾਜ਼ਿਲ ਕਰ ਰਾਦਾ ਸਾਮੀ ਕਲੋਨੀ ਮੈਂ ਅੱਜ ਇਸ ਮੀਡੀਆ ਪੰਜਾਬ ਬਾਣੀ ਦੇ ਰਾਈ ਪੰਜਾਬ ਵਾਸਨ ਇੱਕ ਸੰਦੇਸ਼ ਦੇਣਾ ਚਾਹੁੰਦਾ ਕਿ ਪਿਛਲੇ 73 ਸਾਲਾਂ ਤੋਂ ਜੋ ਆਪਾਂ ਬ੍ਰਸ਼ ਸਾ ਸਰਕਾਰਾਂ ਦੇ ਨਾਲ ਵੋਟਾਂ ਪਾਉਂਦੇ ਆ ਰਹੇ ਹਾਂ ਮੋਢੇ ਨਾਲ ਮੋਢਾ ਮਲਾ ਕੇ ਚੱਲਦੇ ਆ ਰਹੇ ਹਾਂ ਜੇ ਅਕਾਲੀ ਭਾਜਪਾ ਵਾਲੇ ਸਾਡੀ ਗੱਲ ਨਹੀਂ ਸੁਣਦੀ ਕਾਂਗਰਸ ਨੂੰ ਵੋਟਾਂ ਪਾਦਣ ਦੇ ਗੁੱਸਾ ਘੱਟਣ ਜੇ ਕਾਂਗਰਸ ਨੇ ਗੱਲ ਅਕਾਲੀ ਭਾਜਪਾ ਨੂੰ ਵੋਟਾਂ ਪਾਦਣ ਦੇਦੀ ਲੇਕਿਨ ਹੁਣ ਇੱਕ ਪੰਜਾਬ ਦੇ ਚ 2 ਫਰਵਰੀ ਦੇ ਨਇਤਵਾਰ ਨੂੰ 2022 ਵਿਧਾਨ ਸਭਾ ਦਾ ਜੋ ਚੋਣਾਂ ਵਿਕਲ ਚੁੱਕਿਆ ਉਹਦੇ ਇੱਕ ਸੱਚੀ ਸੁੱੱਚੀ ਸਰਕਾਰ ਸ਼੍ਰੀ ਅਰਵਿੰਦਜੀ ਕੇਦਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੇ ਦਿੱਲੀ ਵਾਸੀਆਂ ਨਾਲ ਜੋ ਵਾਅਦੇ ਕੀਤੇ ਸੀ ਉਹਨਾਂ ਨੇ ਵਾਅਦੇ ਕਾਦੇ ਪੂਰੇ ਕਰਕੇ ਖਾਏ ਜਿਸ ਦਾ ਨਤੀਜਾ ਕਿ ਤਿੰਨ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿ ਦਿੱਲੀ ਦੇ ਵਿੱਚ ਬਣੀ ਔਰ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਬਣੇ ਜਿੱਤੇ ਖੁਦ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਖੁਦ ਵਿਲ ਸਪਰੀਮੋ ਪਾਵਰ ਥੀਗਾ 252 ਦੇ ਬੋਨਜਾ ਐਮ ਐਲ ਐਮ ਪੀ ਸਿਰਫ ਇੱਕੋ ਆਮ ਆਦਮੀ ਪਾਰਟੀ ਨੂੰ ਹਰਾਉਣ ਦੇ ਵਾਸਤੇ ਉਹਨਾਂ ਨੇ ਆਪ ਦੀ ਸਾਰੀ ਛੇ ਕਮਾਣੂ ਵੇਖਦੇ ਦਿੱਲੀ ਵਾਸੀਆਂ ਨੇ ਜਿਹੜਾ ਆਮ ਆਦਮੀ ਪਾਰਟੀ ਨੂੰ ਤੀਸਰੀ ਵਾਰ ਮੁੱਖ ਮੰਤਰੀ ਜਿਹੜਾ ਅਸ਼ਿਰਆਂ ਦੇ ਕੇਜਰੀਵਾਲ ਜੀ ਨੇ ਬਣਾਇਆ ਤਿੰਨ ਵਾਰ ਦਿੱਲੀ ਜਿੱਤੇ ਫਤਿਹ ਕੀਤੀ ਉਸ ਵਜ੍ਹਾ ਤੋਂ ਪੰਜਾਬ ਦਾ ਦੋਹਰਾ ਸ਼੍ਰੀ ਰਵੀਂਦ ਕੇਜਰੀਵਾਲ ਜੀ ਨੇ ਕਿਹਾ ਤਾਂ ਦੇ ਕੇ ਪੰਜਾਬ ਦਾ ਹਾਰ ਮੇਰੇ ਦਿੱਲੀ ਤੋਂ ਵੀ ਮਾੜਾ ਹੈ ਉਸ ਵਕਤ ਨੇ ਪੰਜਾਬ ਦੀ ਜੋ ਬਾਹੀ ਆਜ਼ਾਦ ਹੋਵੇ 2024 ਦੀਆਂ ਵਿਧਾਨ ਸਭਾ ਦੀਆਂ ਚੋਣਾਂ 20 ਫਰਵਰੀ ਦੀ ਨੈਤਵਾਰ ਨੂੰ ਹੋਣ ਜਾ ਰਹੀਆਂ ਨੇ ਉਹਦੇ ਵਿੱਚ 117 ਦੀ 17 ਸੀਟਾਂ ਦੇ ਆਪਦੇ ਕੈਂਡੀਡੇਟ ਅੱਲਾਂ ਦਿੱਤੇ ਨੇ ਉਹਨਾਂ ਨਾਲ ਬਰਸ਼ ਸਾਰਾ ਸਰਕਾਰਾਂ ਦਾ ਇੱਕ ਤੀਸਰਾ ਮੋਰਚਾ ਆ ਗਿਆ ਜਿਸ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਬਦਲਾਵ ਦੀ ਲ ਅੱਜ ਫਤਿਹ ਜੋ ਹਾਸਲ ਹੋਣ ਜਾ ਰਹੀ ਹੈ ਜੋ 20 ਫਰਵਰੀ ਨੂੰ ਵੋਟਾਂ ਪੈਣਗੇ 10 ਮਾਰਚ ਨੂੰ ਰਿਜ਼ਲਟ ਆਣਾ ਹੈ ਉਸ ਤੋਂ ਬਾਅਦ ਗੱਲ ਸਮਾਰਟ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਔਰ ਸ੍ਰੀ ਅਰਵਿੰਦਜੀ ਕੇਤਰੀਵਾਲ ਆਮ ਆਦਮੀ ਪਾਰਟੀ ਸੁਪਰੀਮੋ ਦਾ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਸੀਐਮ ਦਾ ਚਿਹਰਾ ਲਾਣਾ ਹੈ ਉਸ ਬਗਾਵਤੀ ਉਸ ਇਨਕਲਾਬੀ ਜੋਧੇ ਨੂੰ ਜਿਨ੍ਹਾਂ ਨੇ ਹਰ ਵੇਲੇ ਜਦੋਂ ਰਾਜ ਸਭਾ ਦੇ ਵਿੱਚ ਜਦੋਂ ਵੀ ਆਵਾਜ਼ ਉਠਾਈ ਹੈ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਹਿੱਤਾਂ ਦੀ ਆਵਾਜ਼ ਉਠਾਈ ਹੈ ਉਸ ਆਵਾਜ਼ ਬੁਲੰਦ ਦਾ ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਸੀਐਮ ਚਿਹਰੇ ਲਾਣ ਗਿਆ ਉਸ ਦਾ ਵੀ ਪੰਜਾਬ ਦੇ ਅੰਦਰ ਇੱਕ ਬਹੁਤ ਵੱਡੀ ਲੋਹਰ ਉੱਠੀ ਹੋਈ ਹੈ ਉਸ ਨੇ ਅੱਜ ਹਲਕਾ ਫਾਜ਼ਿਲਕਾ ਵਿਧਾਨ ਸਭਾ ਅਸੀਂ ਆਮ ਆਦਮੀ ਪਾਰਟੀ ਦੁਆਰ ਕ ਐਸਲੇ ਪ੍ਰੈਜ਼ੀਡੈਂਟ ਆਈ ਪ੍ਰਿੰਟ ਤਰੋਪੜੀ ਦੇ ਅੰਦਰ ਖੜੇ ਹਾਂ ਜਿੱਥੇ ਸਰਦਾਰ ਮੰਗਲ ਸਿੰਘ ਜੀ ਮੌਜੂਦਾ ਸਰਪੰਚ ਕਾਂਗਰਸ ਪਾਰਟੀ ਦੇ ਹੋਣ ਦੇ ਬਾਵਜੂਦ ਉਹਨਾਂ ਨੇ ਉਹਨਾਂ ਭ੍ਰਸ਼ਟ ਸਾਰੀਆਂ ਸਰਕਾਰਾਂ ਨੂੰ ਅਲਵਿ ਵਲਕਰਾਂ ਦੇ ਨਾਲ ਜਿਹੜਾ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਇਹ ਖਾਲੀ ਇਸ ਸਰੋਬੜੀ ਪਿੰਡ ਦੀ ਨਹੀਂ ਪੂਰੇ ਹਲਕਾ ਜ਼ਿਲ੍ਹਾ ਫਾਜ਼ਿਲਕਾ ਦੇ ਜਿੰਨੇ ਵੀ ਅੰਦਰ ਪਿੰਡ ਆਉਂਦੇ ਆ ਜਿਨ੍ਹਾਂ ਨੇ ਭ੍ਰਿਸ਼ਟਾਚਾਰਾਂ ਦਾ ਤਕੰਗਾ ਤੰਗਾ ਇਹਨਾਂ ਸੈਂਬਰ ਸਰਪੰਚਾਂ ਨੂੰ ਗ੍ਰਾਂਟਾਂ ਨਹੀਂ ਦਿੱਤੀਆਂ ਜਿਨ੍ਹਾਂ ਭ੍ਰਿਸ਼ਟਾਚਾਰਾ ਦਵਿੰਦਰ ਗੋਮ ਸਿੰਘ ਉਬਾਇਆ ਜੋ ਐਮਐਲਏ ਕਾਂਗਰਸ ਪਾਰਟੀ ਦਾ ਮੌਜੂਦਾ ਐਮਐਲਏ ਉਹਦੇ ਜਿਹੜੇ ਕਰਿੰਦੇ ਉਹਨਾਂ ਤੋਂ ਰਿਸ਼ਵਤਾ ਮੰਗਦੇ ਉਹਨਾਂ ਦੇ ਨਾਲ ਪਾਰਟੀ ਦੇ ਹਿੱਸੇ ਮੰਗਦੇ ਤਾਂ ਜਾ ਕੇ ਗ੍ਰਾਂਟਾਂ ਦੇਣ ਦੀ ਵਾਅਦਾ ਲਾ ਕੇ ਤੇ ਜੇ 10 ਲੱਖ ਦੀ ਗ੍ਰਾਂਟ ਆਉਂਦੀ 6 ਲੱਖ ਉਹ ਮੰਗਦੇ 4 ਲੱਖ ਸਾਰਾ ਪਿੰਡ ਦੇ ਸਰ ਕੋਈ ਵਿਕਾਸ ਨਹੀਂ ਹੋ ਸਕਿਆ ਨਾ ਕਿਤੇ ਜਿਹੜੇ ਨੌਕਰੀਆਂ ਦੇ ਵਾਦੇ ਕੈਪਟਨ ਸਾਹਿਬ ਨੇ ਕੀਤੇ ਸੀ ਕਿ 450 ਰਾਜ ਕਰਕੇ ਉਹ ਤਾਂ ਸੀਐਮ ਸਾਹਿਬ ਜਿਹਨੂੰ ਆਪਾਂ ਸਿਰਫ ਐਲਾਨੇ ਮੰਤਰੀ ਕਹਿੰਦੇ ਹਰ ਗੱਲ ਦਾ ਐਲਾਨ ਕਰਦਾ ਲੇਕਿਨ ਦਿੰਦਾ ਦੋਦਾ ਕਿਸੇ ਨੂੰ ਕੁਝ ਨਹੀਂ ਹੈ ਫਿਰ ਵੀ ਜਿਹੜਾ ਇੱਕ ਵਾਰ ਫਿਰ ਉਹਨਾਂ ਨੂੰ ਸੀਐਮ ਦਾ ਚਿਹਰਾ ਲਾਣਗੇ ਇਹਦੇ ਨਾਲ ਕਾਂਗਰਸ ਪਾਰਟੀ ਦਾ ਕੋਈ ਵੀ ਚਿਹਰਾ ਅਛਾ ਨਹੀਂ ਹੋਣ ਰਿਹਾ ਕੋਈ ਬਿਹੇਵੱਛਾ ਨਹੀਂ ਮਿਲ ਰਿਹਾ ਕੋਈ ਰਿਸਪੌਂਸ ਅਛਾ ਨਹੀਂ ਮਿਲ ਰਿਹਾ ਜਿਹੜਾ ਕਿ ਸਾਡੇ ਹਲਕੇ ਫਾਜ਼ਿਲਕਾ ਜ਼ਿਲ੍ਹੇ ਦਾ ਪਹਿਲਾ ਸਿਹਤ ਮੰਤਰੀ ਨਸਰੀਦ ਕੁਮਾਰ ਜੈਨੀ ਰਿਹਾ ਉਹਨੇ ਵੀ 5 ਸਾਲ ਸਾਡੇ ਨਾਲ ਕਿਸੇ ਤਰ੍ਹਾਂ ਦਾ ਫਾਜ਼ਿਲਕ ਅਨਸਰ ਹਸਪੀਟਲ ਦੇ ਨਾਤੇ ਲੇਖ ਦੇ ਨਾਤੇ ਉਹਦੇ ਅੰਦਰ ਕੋਈ ਅੱਛੇ ਮਸ਼ੀਨਾਂ ਨੇ ਆਉਂਦੇ ਅੰਦਰ ਅੱਛੇ ਡਾਕਟਰ ਨੇ ਜੇ ਅਸੀਂ ਲੋਕ ਇਲਾਜ ਕਰਾਉਣ ਵਾਸਤੇ ਜਾਂਦੇ ਆ ਅਸੀਂ ਅੰਦਰ ਜਾਂਦੇ ਆ ਅੰਦਰ ਸਾਨੂੰ ਡਾਕਟਰ ਨਹੀਂ ਲੱਭਦਾ ਬਾਹਰ ਆਣੇ ਬਾਹਰ ਸਾਡਾ ਵਹੀਕਲ ਨਹੀਂ ਲੱਭਦਾ ਇਹ ਚੋਰੀਆਂ ਬਹੁਤ ਹੋਰੀਆਂ ਕਰਪਸ਼ਨ ਬਹੁਤ ਹੋਰ ਵੱਧ ਚੁੱਕਿਆ ਉਸ ਵਾਸਤੇ ਅੱਜ ਉਸ ਗੱਲ ਨੂੰ ਨਕੇਲ ਕਰਨ ਵਾਸਤੇ ਸ਼੍ਰੀ ਅਰਵਿੰਦ ਕੇਜਰੀਵਾਲ ਨੇ ਸਾਨੂੰ ਸਾਡੇ ਹਲਕੇ ਫਾਜ਼ਿਲਕਾ ਦਾ ਵਿਧਾਨ ਸਭਾ ਤੋਂ 2022 ਦਾ ਸਾਡਾ ਆਪਦਾ ਵੀਰ ਨਰਿੰਦਰਪਾਲ ਸਿੰਘ ਜਿਹੜਾ ਫਾਇਲ ਕ ਇਲਾਕੇ ਮਦਨਗੜ੍ਹ ਰਹਿਣ ਵਾਲਾ ਉਹਨਾਂ ਨੇ ਸਾਨੂੰ ਆਦਾ ਕੈਂਡੀਡੇਟ ਦਿੱਤਾ ਪਹਿਲਾਂ ਜਦੋਂ ਨੇ ਪੈਂਦਾ ਸੀ ਕਿ ਘਵਾਇਆ ਤੋਂ ਜਿਹੜਾ ਦਵਿੰਦਰ ਸਿੰਘ ਆਇਆ ਉਹ ਵੀ ਬਾਅਦ ਦਾ ਉਹਨਾਂ ਦੀ ਆਪਦੀ ਹਲਕੇ ਦੇ ਵਿੱਚ ਉੱਡ ਰਹੀ ਹੈ ਐਸਰ ਜੋਸਨ ਜੀ ਨੇ ਅਕਾਲੀ ਦਲ ਤੋਂ ਉਹ ਵੀ ਬੰਦੀ ਵਾਲੇ ਦੇ ਜਲਾਲਾਬਾਦ ਹਲਕੇ ਦੇ ਵਿੱਚ ਪੈਂਦੇ ਨੇ ਐਸੇਰੀ ਫਾਜ਼ਿਲਕਾ ਵਾਸੀਆਂ ਨੇ ਪੂਰਾ ਮਨ ਜੋ ਬਦਲਾਵ ਦੀ ਲਹਿਰ ਉੱਠੀ ਇਸੇ ਚਾਹੀ ਅੱਕੇ ਕੀਮਤੀ ਵੋਟ ਕੀਮਤੀ ਬਟਨ ਜਿਹੜਾ ਝਾੜੂ ਵਾਲਾ ਬਟਨ ਦਾ ਕਿ ਪੰਜਾਬ ਦੇ ਨਾਮ ਅਦਵਾਲੀ ਸਰਕਾਰ ਹੈ ਉਹਦੇ ਵਿੱਚ ਅਸੀਂ ਆਪਣੀ ਇੱਕ ਅਕੂਤੀ ਪਾ ਕੇ ਆਪਦੇ ਵੀਰ ਦਵਿੰਦਰ ਪਾਲ ਸਿੰਘ ਸਮਰਾਨ ਨੂੰ ਵਿਧਾਨ ਸਭਾ ਦੇ ਵਿੱਚ ਕੇ ਸਰਦਾਰ ਭਗਵੰਤ ਸਿੰਘ ਮਾਨ ਦੀ ਧਾਤ ਮਜ਼ਬੂਤ ਕਰਾਂਗੇ ਮੈਂ ਇੱਕ ਵਾਰ ਪੰਜਾਬ ਬਾਨੀ ਵਾਲਿਆਂ ਦਾ ਤੇਜ ਦਿਲ ਧੰਨਵਾਦ ਕਰਦਾ ਜਿਹੜਾ ਕਿ ਸਾਡੇ ਨਾਲ ਡੋਰ